ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਜਲੰਧਰ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਹੇ ਹਾਂ ਤੇ ਅੱਜ ਜਲੰਧਰ ਦੇ ਤਾਜ਼ਾ ਹਾਲਾਤਾਂ ਬਾਰੇ ਜਿੱਥੇ ਤੁਹਾਡੇ ਨਾਲ ਜ਼ਿਕਰ ਕਰ ਚੱਲਾਂਗੇ ਉੱਥੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਜਿਹੜਾ ਫੈਸਲਾ ਕੀਤਾ ਗਿਆ ਹੈ ਕਿ ਸ਼ਰਾਬ ਦੀ ਜਿਹੜੀ ਘਰਾਂ ਦੇ ਵਿੱਚ ਹੀ ਹੁਣ ਜਿਹੜੀ ਡਿਲੀਵਰੀ ਹੋਇਆ ਕਰੇਗੀ ਸੋ ਇਸ ਤੇ ਵੀ ਜ਼ਿਕਰ ਜ਼ਰੂਰ ਕਰਾਂਗੇ ਤੇ ਇਸ ਦੇ ਨਾਲ ਜਿਹੜਾ ਰਾਤ ਵੇਲੇ ਜਿਹੜੀਆਂ ਪੈਟਰੋਲ ਦੀਆਂ ਕੀਮਤਾਂ ਵੀ ਵਧਾਈਆਂ ਗਈਆਂ ਨੇ ਉਸ ਦੇ ਬਾਰੇ ਵੀ ਜ਼ਿਕਰ ਕਰਾਂਗੇ ਅਲੱਗ ਅਲੱਗ ਜਿਹੜੇ ਮੁੱਦੇ ਹੋਣਗੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਪੂਰਾ ਜਿਹੜਾ ਅਸੀਂ ਜ਼ਿਕਰ ਤੁਹਾਡੇ ਨਾਲ ਕਰਦੇ ਚੱਲਾਂਗੇ ਪਰ ਸਭ ਤੋਂ ਪਹਿਲਾਂ ਜੇਕਰ ਹੁਣ ਗੱਲ ਕੀਤੀ ਜਾਵੇ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਖਬਰ ਦੀ ਸੋ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹੈ ਕਿ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀਆਂ ਨੇ ਸ਼ਰਾਬ ਦੀਆਂ ਦੁਕਾਨਾਂ ਪੰਜਾਬ ਦੇ ਵਿੱਚ 7 ਮਈ ਤੋਂ ਖੁੱਲਣਗੀਆਂ ਯਾਨੀ ਕਿ ਕੱਲ ਤੋਂ ਖੁੱਲਣਗੀਆਂ ਤੇ ਇਸ ਦੇ ਨਾਲ ਜਿਹੜੀਆਂ ਦੁਕਾਨਾਂ ਬੰਦ ਹੋਣ ਤੋਂ ਬਾਅਦ 1 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜੀ ਹੈ ਹੋਮ ਡਿਲੀਵਰੀ ਘਰਾਂ ਦੇ ਵਿੱਚ ਹੋਇਆ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਅੱਜ ਜਿਹੜੀ ਹਰੀ ਝੰਡੀ ਜਿਹੜੀ ਇਸ ਨੂੰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਕਰਫਿਊ ਤੇ ਤਾਲਾਬੰਦੀ ਜਿਹੜਾ ਲੱਗਾ ਹੋਇਆ ਪਰ ਹਰ ਜ਼ਿਲ੍ਹੇ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਆਡ ਈਵਨ ਅਤੇ ਹੋਰ ਫਾਰਮੂਲੇ ਤਹਿਤ ਜਿਹੜੀਆਂ ਨੇ 50% ਦੀ ਦੁਕਾਨਾਂ ਨੇ ਉਹ ਖੁੱਲਿਆ ਕਰਨਗੀਆਂ ਸੋ ਜਿਹੜੀ ਹੋਮ ਡਿਲੀਵਰੀ ਹੋਇਆ ਕਰੇਗੀ ਇਹ ਕਿਸ ਤਰ੍ਹਾਂ ਹੋਣੀ ਹੈ ਤੁਹਾਨੂੰ ਇਹ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਹੋਮ ਡਿਲੀਵਰੀ ਜਿਹੜੀ ਹੈ ਪੰਜਾਬ ਦੇ ਜਿਹੜੇ ਆਬਕਾਰੀ ਵਿਭਾਗ ਦੇ ਵੱਲੋਂ ਜਿਹੜੇ ਨੇ ਇੱਕ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੇ ਵਿੱਚ ਇਹ ਗੱਲ ਕਹੀ ਇੱਕ ਸਮੂਹ ਦੇ ਵਿੱਚ ਯਾਨੀ ਕਿ ਇੱਕ ਗਰੁੱਪ ਦੇ ਵਿੱਚ 2 ਵਿਅਕਤੀ ਸ਼ਾਮਲ ਹੋਣਗੇ ਜੋ ਹੋਮ ਡਿਲੀਵਰੀ ਜ਼ਿਲ੍ਹੇ ਹੀ ਜਾਇਆ ਕਰਨਗੇ ਤੇ ਹੋਮ ਡਿਲੀਵਰੀ ਜਾਣ ਵਾਲੇ ਵਿਅਕਤੀਆਂ ਦੇ ਕੋਲ ਜਿਹੜਾ ਅਧਿਕਾਰਿਕ ਤੌਰ ਤੇ ਪਾਸ ਹੋਣਾ ਬਹੁਤ ਹੀ ਜ਼ਰੂਰੀ ਹੈ ਤੇ ਇਸ ਦੇ ਨਾਲ 2 ਲੀਟਰ ਤੋਂ ਜਿਹੜੀ ਵੱਧ ਹੈ ਘਰ ਦੇ ਵਿੱਚ ਸ਼ਰਾਬ ਦੀ ਵੀ ਜਿਹੜੀ ਹੈ ਸਪੁਰਦਗੀ ਨਹੀਂ ਹੋਵੇਗੀ ਯਾਨੀ ਕਿ 2 ਲੀਟਰ ਤੋਂ ਵੱਧ ਜਿਹੜੀ ਸ਼ਰਾਬ ਦੀ ਹੋਮ ਡਿਲੀਵਰੀ ਨਹੀਂ ਹੋਏਗੀ ਸਿਰਫ 2 ਲੀਟਰ ਤੱਕ ਹੋਏਗੀ ਜੇਕਰ ਗੱਲ ਕੀਤੀ ਜਾਵੇ ਹੋਮ ਡਿਲੀਵਰੀ ਜਿਹੜੀ ਹੈ ਸਰਕਾਰ ਦੇ ਜਿਹੜੇ ਆ ਸਰਕਾਰੀ ਵਾਹਨ ਦੇ ਜ਼ਰੀਏ ਹੋਵੇਗੀ ਜੋ ਕਿ ਵਿਭਾਗ ਦੁਆਰਾ ਜਿਹੜਾ ਅਧਿਕਾਰਿਕ ਤੌਰ ਤੇ ਹੋਵੇਗਾ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਕਿ ਪੂਰੀਆਂ ਗਾਈਡਲਾਈਨ ਜਿਹੜੀਆਂ ਨੇ ਉਹਨਾਂ ਦਾ ਧਿਆਨ ਰੱਖਣ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਿਹੜਾ ਵਿਅਕਤੀ ਹੈ 5 ਤੋਂ ਵੱਧ ਦੁਕਾਨਾਂ ਦੇ ਬਾਹਰ ਇਕੱਠੇ ਨਹੀਂ ਹੋਣਗੇ ਜਿਹੜੇ ਆ ਪੂਰੇ ਜਿਹੜੇ ਨਿਸ਼ਾਨ ਲਗਾਏ ਜਾਣਗੇ ਧਰਤੀ ਤੇ ਗੋਲ ਗੋਲ ਇੱਕ ਇੱਕ ਮੀਟਰ ਦੀ ਦੂਰੀ ਤੇ ਸਾਰੇ ਜਿਹੜੇ ਖੜਨਗੇ ਇਸ ਤੋਂ ਬਾਅਦ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਨੇ ਜਿਹੜੇ ਠੇਕੇ ਨੇ ਯਾਨੀ ਕਿ ਉੱਥੇ ਸੈਨੀਟਾਈਜ਼ਰ ਦਾ ਪੂਰਨ ਤੌਰ ਤੇ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਜਿਹੜੇ ਠੇਕੇ ਨੇ ਪੂਰੀ ਤਰ੍ਹਾਂ ਜਿਹੜੇ ਸੈਨੀਟਾਈਜ਼ ਹੋਣੇ ਚਾਹੀਦੇ ਨੇ ਇਸ ਦੇ ਨਾਲ ਹੀ ਜਿਹੜਾ ਸ਼ਰਾਬ ਦੇ ਠੇਕੇ ਤਾਂ ਹੀ ਖੁੱਲਣਗੇ ਜਦੋਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ ਰਾਜ ਸਰਕਾਰ ਜਿਹੜੇ ਆਪਣੇ ਸਮੇਂ ਸਮੇਂ ਤੇ ਦਿਸ਼ਾ ਨਿਰਦੇਸ਼ਾਂ ਨੂੰ ਬਦਲ ਵੀ ਸਕਦੀ ਹੈ ਪਰ ਹੁਣ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ 7 ਮਈ ਤੋਂ ਜਿਹੜੇ ਨੇ ਠੇਕੇ ਖੁੱਲ ਜਾਣਗੇ ਪਰ ਇਸ ਦੇ ਨਾਲ ਅੱਜ ਤੋਂ ਜਿਹੜੀ ਹੈ ਹੋਮ ਡਿਲੀਵਰੀ ਜਿਹੜੀ ਘਰਾਂ ਦੇ ਵਿੱਚ ਸ਼ੁਰੂ ਹੋ ਗਈ ਹੈ ਇੱਕ ਗਰੁੱਪ ਜਿਹੜਾ ਆ ਇੱਕ ਗਰੁੱਪ ਦੇ ਵਿੱਚ 2 ਆਦਮੀ ਸ਼ਾਮਲ ਹੋਣਗੇ ਜੋ ਕਿ ਡਿਲੀਵਰੀ ਕਰਨ ਜਾਇਆ ਕਰਨਗੇ ਤੇ ਇਸ ਦੇ ਨਾਲ ਉਹਨਾਂ ਕੋਲ ਅਧਿਕਾਰਿਕ ਤੌਰ ਤੇ ਜਿਹੜਾ ਪਾਸ ਤਾਂ ਹੋਣਾ ਬੇਹੱਦ ਜ਼ਰੂਰੀ ਹੈ 2 ਲੀਟਰ ਤੋਂ ਵੱਧ ਜਿਹੜੀ ਹੈ ਸ਼ਰਾਬ ਘਰ ਦੇ ਵਿੱਚ ਜਿਹੜੀ ਡਿਲੀਵਰ ਨਹੀਂ ਹੋਏਗੀ ਤੇ ਨਾਲ ਦੀ ਨਾਲ ਜਿਹੜੀ ਹੈ ਇਹ ਜਿਹੜੀ ਇੱਕ ਸਰਕਾਰੀ ਵਾਹਨ ਤੇ ਹੀ ਜਿਹੜੀ ਡਿਲੀਵਰੀ ਹੈ ਘਰਾਂ ਦੇ ਵਿੱਚ ਜਿਹੜੀ ਕੀਤੀ ਜਾਵੇਗੀ ਜਿਸ ਨੂੰ ਵੀ ਲੋੜ ਹੋਵੇਗੀ ਸ਼ਰਾਬ ਦੀ ਤਾਂ ਉਹ ਜਦੋਂ ਇਸ ਸੰਬੰਧੀ ਆਰਡਰ ਕਰੇਗਾ ਕਿਸੇ ਵੀ ਠੇਕੇ ਤੋਂ ਉਸ ਤੋਂ ਬਾਅਦ ਜਿਹੜਾ ਹੋਮ ਡਿਲੀਵਰੀ ਦੇ ਲਈ ਸਰਕਾਰੀ ਵਾਹਨ ਜਿਹੜੇ ਨੇ ਉਹ ਜਾਣਗੇ ਤੇ ਅਧਿਕਾਰਿਕ ਤੌਰ ਤੇ ਜਿਹੜੇ ਵਾਹਨ ਜਿਹੜੇ ਪਾਸ ਕੀਤੇ ਹੋਣਗੇ ਸਿਰਫ ਉਹੀ ਜਿਹੜੇ ਨੇ ਵਾਹਨ ਘਰਾਂ ਦੇ ਵਿੱਚ ਜਿਹੜੀ ਹੋਮ ਡਿਲੀਵਰੀ ਕਰ ਸਕਦੇ ਨੇ ਪਰ ਇਸ ਦੇ ਨਾਲ ਇਹ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਸ਼ਸ਼ੂ ਪੰਜ ਵਿੱਚ ਪੈ ਚੁੱਕੇ ਨੇ ਕਿ ਘਰਾਂ ਦੇ ਵਿੱਚ ਅੱਜ ਤੋਂ ਹੀ ਹੋਣੀ ਹੈ ਜਾਂ ਕੱਲ ਤੋਂ ਕੱਲ ਸਿਰਫ ਸ਼ਰਾਬ ਹੀ ਜਿਹੜੇ ਨੇ ਕੱਲ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ ਜਾਣਗੇ ਪਰ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਜਲੰਧਰ ਸ਼ਹਿਰ ਦੀ ਜਲੰਧਰ ਸ਼ਹਿਰ ਦੇ ਵਿੱਚ ਇਸ ਵੇਲੇ ਜਿਹੜਾ ਹੌਟਸਪੌਟ ਏਰੀਆ ਹੈ ਰੈੱਡ ਜ਼ੋਨ ਦੇ ਵਿੱਚ ਹੈ ਬਹੁਤ ਸਾਰੇ ਜਿਹੜੇ ਕੇਸ ਨੇ ਕੋਰੋਨਾ ਵਾਇਰਸ ਦੇ ਜਲੰਧਰ ਸ਼ਹਿਰ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਪਰ ਹਾਲੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਦਾਂ ਦੀ ਕੋਈ ਜਿਹੜੀ ਢਿੱਲ ਨਹੀਂ ਦਿੱਤੀ ਜਾਵੇਗੀ ਹਾਲੇ ਤੱਕ ਕੋਈ ਸਾਡੇ ਤੱਕ ਇਹ ਜਾਣਕਾਰੀ ਨਹੀਂ ਪਹੁੰਚੀ ਹੈ ਕਿ ਜਿਹੜੇ ਇੱਥੋਂ ਦੇ ਪ੍ਰਸ਼ਾਸਨ ਹੈ ਕਿ ਉਹ ਠੇਕੇ ਖੋਲਣ ਦੀ ਮਨਜ਼ੂਰੀ ਜਿਹੜਾ ਹੈ ਜਲੰਧਰ ਸ਼ਹਿਰ ਵਿੱਚ ਦੇਵੇਗਾ ਜਾਂ ਨਹੀਂ ਹਾਲਾਂਕਿ ਸਰਕਾਰ ਦੇ ਵੱਲੋਂ ਹਰੀ ਝੰਡੀ ਜ਼ਰੂਰ ਦਿੱਤੀ ਗਈ ਹੈ ਪਰ ਹਰ ਜ਼ਿਲ੍ਹੇ ਦੇ ਵਿੱਚ ਨਹੀਂ ਕਿਹਾ ਗਿਆ ਕਿ ਹਰ ਜ਼ਿਲ੍ਹੇ ਦਾ ਜ਼ਿਕਰ ਨਹੀਂ ਕੀਤਾ ਕਿ ਇੱਥੇ ਇੱਥੇ ਜ਼ਰੂਰ ਖੁੱਲਣਗੇ ਪਰ ਇਹ ਇੱਥੇ ਜਿਹੜੀ ਪੂਰੀ ਜ਼ਿੰਮੇਵਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਜੇਕਰ ਉਹ ਚਾਹਣਗੇ ਆਪਣੇ ਇਲਾਕਿਆਂ ਦੇ ਆਪਣੇ ਏਰੀਏ ਦੇ ਹਿਸਾਬ ਦੇ ਨਾਲ ਉੱਥੇ ਜਿਹੜੀ ਹੈ ਠੇਕੇ ਖੋਲਣ ਦੀ ਜਿਹੜੀ ਆਗਿਆ ਹੈ ਉਹ ਦਿੱਤੀ ਜਾਵੇਗੀ ਸੋ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ
रात वेले पेट्रोल दियां जिहड़ियां कीमतां दे विच वाधा होया है, इस दे केंद्र सरकार ने मंगलवार दी रात नूं जिहड़ा है पेट्रोल ते एक्साइज ड्यूटी जिहड़ी है 10 रुपए प्रति लीटर ते डीजल ते एक्साइज ड्यूटी जिहड़ी है 13 रुपए प्रति लीटर जिहड़ा है वाधा कीता है। पर इस दे नाल जिहड़ा हुण लोक अपने घरां दे विच वी बैठे हुए ने, सो हुण इकदम जिहड़ा इह वी इक बोझ पै जांदा है, क्योंकि इस वेले जिहड़ी साडे देश दी अर्थव्यवस्था है उहदी जिहड़ी स्थिति है बहुत डावांडोल हो चुकी है। पर सरकार इस वेले जड़िया उस नुकसान नू भरन दे लई अज रात नू ऐलान कर दिंदी है कि जड़ी पेट्रोल ते एक्साइज ड्यूटी जड़ी 10 रुपए प्रति वाधा होवेगा ते नाल दी नाल 13 रुपए प्रति वाधा जड़ा डीजल ते होवेगा एक्साइज ड्यूटी। पर इस वेले जेकर गल कीती जावे ते ठेके खोलन दी आगा दित्ती गई है, हालांकि ठेके ते पेट्रोल दी कीमतां वधन दे नाल जोड़ के देखा जा रहा है कि सरकार दी जड़ी अर्थव्यवस्था काफी डावांडोल हो चुकी है, उस दे मद्देनजर जड़ा है ये फैसला लिया गया है। सो इस दे नाल हुण जिक्र कर चलते हैं जिला जलंधर शहर के हालातों का। सो इस वेले जलंधर शहर के जेकर हालात की गल की जाए तो जलंधर शहर के विच लगातार ही कोरोना वायरस के केस जड़े ने वधदे ही जा रहे ने, हर वेले जड़ी है नित दिन जड़ी खबर साडे ताई सामने पहुंचती है। पर इस दे नाल जेकर सिविल हस्पताल च जिहड़े मरीज दाखल ने उन्हां दे हालातां दे जिक्र करिए उन्हां दे हालातां दा, तां उन्हां ने अपना जिहड़ा दर्द जिहड़ा मीडिया दे सामने बयान कीता है। सो पत्रकारां दे नाल उत्थों दे जिन्ने भी मरीज ने उन्हां ने अपना हाल जिहड़ा दस्सिया है कि जिहड़ा साडे ताईं जिहड़ा ठीक ठाक जिहड़ी देखभाल साडी नहीं हो रही। सब तो पहला गल करदे आं कि जदों भी इन्हां मरीजां दा कहना है कि जदों भी नर्सां नूं बुलाया जांदा सिर्फ नर्सां ही उन्हां नूं देखण आउंदियां ने, पर जिहड़े सीनियर जिहड़े डॉक्टर ने हाले तक उन्हां दा हाल जानण दे लई नहीं पहुंचदे। पिछले 7-8 दिनां तों कोई भी सीनियर डॉक्टर जिहड़ा आ उन्हां दा हाल जानण दे लई नहीं पहुंचा। इस दे नाल मरीजां दा इह कहना है कि खाने दा भी खास तौर ते प्रबंध नहीं हैगा, सिर्फ सवेरे सानूं इक सैंडविच ते दुध दिता जांदा ते उस तों बाद 12-1 बजे जाके सानूं जिहड़ा खाना मिलदा है। ते इस दे नाल ही मरीजां दा इह वी दोष लगाया है हस्पताल दे उपर कि सानूं कोई भी जिहड़ा फल नहीं दित्ता जांदा खाण दे लई ते ना ही कोई साडी जिहड़ी है डाइट चार्ट बनाया गया है, क्योंकि इस वेले जिहड़े हालातां चों उह गुजर रहे ने इन्हां दी खुराक होणी बेहद चंगी है, पर इत्थे उन्हां नूं कोई भी पुछण वाला नहीं है। इस दे नाल ही 21 अप्रैल नूं इक मरीज दाखल हुंदा है रजिंदर, सो उन्हां ने इह कहा है कि जदों उहदा मैं इत्थे ਹੋਇਆ 21 ਅਪ੍ਰੈਲ ਦਾ ਮੇਰੀ ਹਾਲੇ ਤੱਕ ਜਿਹੜੀ ਰਿਪੋਰਟ ਹੈ ਉਹ ਦੱਸੀ ਨਹੀਂ ਗਈ ਕਿ ਕਿਸ ਤਰ੍ਹਾਂ ਤੱਕ ਉਹਨੂੰ ਜਿਹੜੀਆਂ ਰਿਪੋਰਟਾਂ ਕਈ ਮਰੀਜ਼ਾਂ ਦੇ ਉੱਥੇ ਪੈਂਡਿੰਗ ਪਈਆਂ ਨੇ। ਕੋਈ 23 ਅਪ੍ਰੈਲ ਨੂੰ ਉਹਨਾਂ ਦੇ ਜਿਹੜੇ ਸੈਂਪਲ ਲੈ ਗਏ ਨੇ, ਪਰ ਹਾਲ ਤੱਕ ਉਹਨਾਂ ਦੀ ਜਿਹੜੀ ਰਿਪੋਰਟ ਦਾ ਅਤਾ ਪਤਾ ਹੀ ਨਹੀਂ ਹੈ। ਸੋ ਮਰੀਜ਼ਾਂ ਨੇ ਇੱਕ ਇਹ ਵੀ ਇਲਜ਼ਾਮ ਲਗਾਇਆ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਜਿਹੜਾ ਵਾਰਡ ਨੰਬਰ 1 ਹੈ ਸਿਵਲ ਹਸਪਤਾਲ ਦੇ ਵਿੱਚ ਉੱਥੇ ਤਾਂ ਹਾਲੇ ਤੱਕ 1 ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਉੱਥੇ ਨੇ, ਪਰ ਸਿਰਫ ਇੱਕੋ ਹੀ ਦਿਨ ਜਿਹੜਾ ਆ ਇਸ ਵਾਰਡ ਨੂੰ ਜਿਹੜਾ ਸੈਨੇਟਾਈਜ਼ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਇਸ ਨੂੰ ਜਿਹੜਾ ਸੈਨੇਟਾਈਜ਼ ਨਹੀਂ ਕੀਤਾ ਗਿਆ। ਸੋ ਇੱਥੇ ਇੱਕ ਜਿਹੜੀ ਮਰੀਜ਼ ਹੋਰ ਦੱਸ ਚੱਲਦੇ ਆ ਪੂਨਮ ਦੇਵੀ, ਉਹਨਾਂ ਨੇ ਜਿਹੜਾ ਇਲਜ਼ਾਮ ਲਗਾਇਆ ਕਿ ਕਹਿੰਦੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜੀ ਹੈ ਵਾਰਡ ਨੰਬਰ 3 ਦੇ ਵਿੱਚ ਦਾਖਲ ਹੋਈ 65 ਸਾਲਾ ਪੂਨਮ ਦੇਵੀ ਆ, ਉਹਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹਦੇ ਪੈਰ ਜਿਹੜੇ ਨੇ ਸੁੱਜੇ ਹੋਏ ਸਨ ਤੇ ਚੱਲਣ 'ਚ ਵੀ ਕਾਫੀ ਮੁਸ਼ਕਲ ਆ ਰਹੀ ਸੀ, ਪਰ ਡਾਕਟਰਾਂ ਨੂੰ ਵਾਰ ਵਾਰ ਦੱਸਿਆ ਗਿਆ ਪਰ ਹਾਲੇ ਤੱਕ ਉਸ ਨੂੰ ਜਿਹੜੀ ਹੈ ਦਵਾਈ ਵੀ ਨਹੀਂ ਦਿੱਤੀ ਗਈ ਹੈ। ਸੋ ਇਸ ਦੇ ਨਾਲ ਮਰੀਜ਼ਾਂ ਦੇ ਸਭ ਤੋਂ ਵੱਡੀ ਜਿਹੜੀ ਇੱਕ ਹੋਰ ਸਮੱਸਿਆ ਸਾਹਮਣੇ ਆਈ ਆ, ਉਹਨਾਂ ਦਾ ਕਹਿਣਾ ਕਿ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹਨਾਂ ਦੇ ਜਿਹੜੇ ਢੱਕਣ ਹੀ ਗਾਇਬ ਹੋ ਚੁੱਕੇ ਨੇ, ਵਾਟਰ ਕੂਲਰ ਜਿਹੜੇ ਟੈਂਕੀਆਂ ਦੇ ਨਾਲ ਅਟੈਚ ਨੇ। ਹੋ ਸਕਦਾ ਹੈ ਕਿ ਜੇਕਰ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣ ਨਹੀਂ ਹੋਣਗੇ ਤਾਂ ਕੋਈ ਵੀ ਜਿਹੜੀ ਜ਼ਹਿਰੀਲੀ ਚੀਜ਼ ਆ ਉਹ ਡਿੱਗ ਸਕਦੀ ਹੈ ਜਾਂ ਕੋਈ ਮਰੀਜ਼ਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ, ਕਿਉਂਕਿ ਜਦੋਂ ਢੱਕਣ ਖੁੱਲ੍ਹਾ ਹੁੰਦਾ ਤਾਂ ਕੋਈ ਵੀ ਚੀਜ਼ ਹੈ, ਕਿਉਂਕਿ ਇਸ ਵੇਲੇ ਜਿਹੜਾ ਮੌਸਮ ਹੈ ਉਹ ਵੀ ਖਰਾਬ ਚੱਲ ਰਿਹਾ ਹੈਗਾ, ਕਿਉਂਕਿ ਤੁਹਾਨੂੰ ਪਤਾ ਕਿ ਹਨੇਰੀ ਕਿਸ ਤਰ੍ਹਾਂ ਆ ਰਹੀ ਹੈ, ਹਵਾ ਅਚਾਨਕ ਚੱਲਣ ਲੱਗ ਪੈਂਦੀ ਹੈ ਕਿ ਤੋਂ ਵੀ ਜਿਹੜੇ ਸੁੱਕੇ ਸੁੱਕੇ ਪੱਤੇ ਉੱਡ ਕੇ ਜਿਹੜੇ ਪਾਣੀ 'ਚ ਗੰਦਗੀ ਜਿਹੜੀ ਹੈ ਘੁਲ ਸਕਦੀ ਹੈ। ਸੋ ਇਹ ਜਿਹੜੀ ਹੈ ਕੋਈ ਜਾਨਵਰ ਵੀ ਡਿੱਗ ਸਕਦਾ ਉਹਦੇ ਵਿੱਚ ਪਾਣੀ ਵਾਲੀ ਟੈਂਕੀ ਦੇ ਵਿੱਚ ਜੇਕਰ ਢੱਕਣ ਖੁੱਲ੍ਹੇ ਰਹਿਣਗੇ, ਤਾਂ ਇਹ ਜਿਹੜੀ ਹਾਲੇ ਬਹੁਤ ਵੱਡੀ ਜਿਹੜੀ ਅਣਗਹਿਲੀ ਹੈ ਕਿ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣ ਗਾਇਬ ਨੇ। ਸੋ ਬੜੇ ਵੱਡੇ ਸਵਾਲ ਜਿਹੜੇ ਇੱਥੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਤੇ ਡਾਕਟਰਾਂ ਤੇ ਜਿਹੜੇ ਖੜੇ ਹੋ ਰਹੇ ਨੇ ਇਸ ਵੇਲੇ। ਸੋ ਇਸ ਦੇ ਨਾਲ ਮਰੀਜ਼ਾਂ ਨੇ ਇੱਕ ਸਭ ਤੋਂ ਵੱਡੀ ਗੱਲ ਹੋਰ ਦੱਸੀ ਹੈ ਕਿ ਜਦੋਂ ਵੀ ਦੁੱਧ ਆਉਂਦਾ ਹੈ ਤਾਂ ਉਹਨਾਂ ਦੇ ਜਿਹੜੇ ਪੈਕਟਾਂ ਨੂੰ ਮੂੰਹ ਦੇ ਨਾਲ ਖੋਲਿਆ ਜਾਂਦਾ ਹੈ। ਸੋ ਇਹ ਮਰੀਜ਼ਾਂ ਦਾ ਇਹ ਗੱਲ ਕਹਿਣਾ ਹੈ ਕਿ ਅਸੀਂ ਇਸ ਦਾ ਵਿਰੋਧ ਵੀ ਕੀਤਾ ਸੀ, ਪਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਡਾਂਟਿਆ ਕਿ ਤੁਸੀਂ ਜਿਹੜੇ ਚੁੱਪ ਰਹੋ। ਪਰ ਇਸ ਦੇ ਨਾਲ ਇਹ ਬਹੁਤ ਵੱਡੀ ਲਾਪਰਵਾਹੀ ਹੈ ਕਿ ਜਦੋਂ ਦੁੱਧ ਆਉਂਦਾ ਹੈ ਤੇ ਮੂੰਹ ਦੇ ਨਾਲ ਖੋਲਿਆ ਜਾਵੇ। ਇਸ ਵੇਲੇ ਜਿਹੜੀ ਬਿਮਾਰੀ ਚੱਲ ਰਹੀ ਹੈ
ਸਭ ਨੂੰ ਪਤਾ ਹੈ ਕਿ ਜਿਹੜੀ ਬਿਮਾਰੀ ਮਤਲਬ ਲਾਗ ਦੀ ਬਿਮਾਰੀ ਹੈ ਇੱਕ ਦੂਜੇ ਦੇ ਸੰਪਰਕ 'ਚ ਆਉਣ ਦੇ ਨਾਲ ਹੋ ਜਾਂਦੀ ਹੈ, ਪਰ ਮੂੰਹ ਦੇ ਨਾਲ ਦੁੱਧ ਦੇ ਪੈਕਟ ਖੋਲਣਾ ਬੇਹੱਦ ਨਿੰਦਣਯੋਗ ਹੈ। ਸੋ ਇਸ ਦੇ ਨਾਲ ਇੱਕ ਹੋਰ ਜਿਹੜੇ ਮਰੀਜ਼ ਨੇ ਉੱਥੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਜਿਹੜੇ ਫਾਦਰ ਨੂੰ ਆ ਛਾਤੀ ਦੇ ਵਿੱਚ ਦਰਦ ਦੀ ਸਮੱਸਿਆ ਆ ਰਹੀ ਸੀ, ਮਤਲਬ ਸਾਹ ਲੈਣ ਦੀ ਮੁਸ਼ਕਲ ਸੀ, ਪਰ ਵਾਰ-ਵਾਰ ਜਿਹੜਾ ਹੈ ਡਾਕਟਰਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਜਦੋਂ ਵੀ ਪੌੜੀਆਂ ਚੜ੍ਹਦੇ ਨੇ ਉਹਨਾਂ ਦਾ ਸਾਹ ਜਿਹੜਾ ਬਿਲਕੁਲ ਫੁੱਲ ਜਾਂਦਾ ਹੈ, ਪਰ ਹਾਲੇ ਤੱਕ ਜਿਹੜਾ ਡਾਕਟਰ ਉਹਨਾਂ ਨੂੰ ਦੇਖਣ ਤੱਕ ਨਹੀਂ ਆਏ। ਸੋ ਇਸ ਨਾਲ ਕਰੋਨਾ ਦੇ ਮਰੀਜ਼ਾਂ ਨੇ ਇੱਕ ਹੋਰ ਜਿਹੜੀ ਸ਼ਿਕਾਇਤ ਕੀਤੀ ਉਹ ਇਹ ਕਹਿਣਾ ਹੈ ਕਿ ਸਾਨੂੰ ਜਿਹੜਾ ਡਾਕਟਰਾਂ ਦੇ ਵੱਲੋਂ ਗਰਮ ਪਾਣੀ ਦੀ ਜਿਹੜੀ ਹੈ ਹਦਾਇਤ ਜਾਰੀ ਕੀਤੀ ਗਈ ਸੀ, ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇੱਥੇ ਗਰਮ ਪਾਣੀ ਦਾ ਪ੍ਰਬੰਧ ਹੀ ਨਹੀਂ ਹੈਗਾ। ਕੁਝ ਮਰੀਜ਼ ਕਹਿੰਦੇ ਨੇ ਕਿ ਉਹ ਆਪਣੇ ਨਾਲ ਗਰਮ ਪਾਣੀ ਲੈ ਕੇ ਆਉਂਦੇ ਨੇ ਤੇ ਉਹੀ ਗਰਮ ਪਾਣੀ ਜਿਹੜਾ ਪੀ ਰਹੇ ਨੇ, ਤੇ ਕਈ ਦਿਨਾਂ ਤੋਂ ਜਿਹੜੇ ਆ ਸਿਹਤ ਅਫਸਰ ਜਿਹੜੇ ਕਸ਼ਮੀਰੀ ਲਾਲ ਹੈ ਉਹਨਾਂ ਨੂੰ ਵੀ ਇਸ ਬਾਰੇ ਜਿਹੜੀ ਹੈ ਵਾਰ-ਵਾਰ ਦੱਸਿਆ ਗਿਆ ਸੀ, ਪਰ ਹਾਲ ਤੱਕ ਜਿਹੜਾ ਟਾਲ ਮਟੋਲ ਹੀ ਲਗਾਤਾਰ ਜਾਰੀ ਹੈ। ਤੇ ਇਹ ਬਹੁਤ ਸਾਰੇ ਜਿਹੜੇ ਮਰੀਜ਼ਾਂ ਦੇ ਹੋਰ ਨੇ, ਸਭ ਤੋਂ ਖਾਸ ਗੱਲ ਹੋਰ ਜਿਹੜੀ ਨਜ਼ਰ ਆਈ ਹੈ ਮਰੀਜ਼ਾਂ ਦੀ, ਸਭ ਤੋਂ ਵੱਡੀ ਜਿਹੜੀ ਸ਼ਿਕਾਇਤ ਹੈ ਉਹ ਇਹ ਹੈ ਕਿ ਉਹਨਾਂ ਨੇ ਇਹ ਗੱਲ ਬੋਲੀ ਕਿ ਜਿਹੜੇ ਆਈਸੋਲੇਸ਼ਨ ਜਿਹੜੇ ਵਾਰਡ ਬਣੇ ਹੋਏ ਨੇ ਇੱਥੇ 21 ਮਰਦ ਯਾਨੀ ਕਿ 21 ਵਿਅਕਤੀ ਨੇ ਤੇ ਉਹਨਾਂ 'ਚ 18 ਮਹਿਲਾਵਾਂ ਜਿਹੜੀਆਂ ਨੇ ਆਈਸੋਲੇਸ਼ਨ ਵਾਰਡ ਦੇ ਵਿੱਚ ਨੇ, ਤੇ 21 ਮਰਦਾਂ ਦੇ ਲਈ ਸਿਰਫ ਤੇ ਸਿਰਫ ਇੱਕ ਬਾਥਰੂਮ ਹੈ ਤੇ 18 ਮਹਿਲਾਵਾਂ ਦੇ ਲਈ 2 ਬਾਥਰੂਮ ਹੈ। ਸੋ ਬੜੀ ਵੱਡੀ ਜਿਹੜੀ ਹੈ ਅਣਗਹਿਲੀ ਹੈ ਕਿ 21 ਜਣਿਆਂ ਦੇ ਲਈ ਸਿਰਫ ਇੱਕ ਬਾਥਰੂਮ ਹੋਣਾ। ਸੋ ਉਹਦੇ ਨਾਲ ਹੀ ਮਰੀਜ਼ਾਂ ਦਾ ਇਹ ਵੀ ਦੱਸਿਆ ਕਿ 21 ਜਿਹੜੇ ਬਾਥਰੂਮ ਇੱਕ ਹੀ ਬਾਥਰੂਮ ਹੈ, ਉਸ ਜਿਹੜਾ ਬਾਥਰੂਮ ਦਾ ਦਰਵਾਜ਼ਾ ਵੀ ਜਿਹੜਾ ਟੁੱਟਿਆ ਹੋਇਆ ਕੁੰਡੀ ਨਹੀਂ ਲੱਗਦੀ ਹੈਗੀ, ਤੇ ਤੀਜੇ ਨੰਬਰ ਤੇ ਜਿਹੜੀ ਤੀਜੇ ਜਿਹੜੀ ਟਾਇਲਟ ਦਾ ਜਿਹੜਾ ਦਰਵਾਜ਼ਾ ਹੈ ਉਹ ਵੀ ਬਿਲਕੁਲ ਟੁੱਟਿਆ ਹੋਇਆ ਹੈ। ਸੋ ਇਸ ਦੇ ਨਾਲ ਜਿਹੜੇ ਸਿਰਫ 2 ਸਾਂਝੇ ਬਾਥਰੂਮ ਬਣੇ ਨੇ ਉਹਨਾਂ ਦੇ ਵਿੱਚ ਜਿਹੜਾ ਮਹਿਲਾਵਾਂ ਦੇ ਲਈ ਹੈ, ਪਰ ਉਹ ਵੀ ਜਿਹੜਾ ਉੱਥੇ ਵੀ ਜਿਹੜਾ ਪਾਣੀ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਹੀ ਖਰਾਬ ਹੈ। ਸੋ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ, ਉਹਨਾਂ ਨੇ ਇਹ ਜਿਹੜੀਆਂ ਸ਼ਿਕਾਇਤਾਂ ਨੇ ਉਹ ਮੀਡੀਆ ਦੇ ਸਾਹਮਣੇ ਆਪਣੇ ਦਰਦ ਨੂੰ ਰੋਇਆ ਹੈ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ, ਇੱਥੇ ਇੱਕ ਹੋਰ ਮਰੀਜ਼ ਦਾਖਲ ਸੀ ਤੇ ਉਸਨੇ ਕਿਹਾ ਕਿ ਜਦੋਂ ਦੀ ਉਸਦੀ ਜਿਹੜੀ ਰਿਪੋਰਟ ਹੋਈ ਹੈ ਹਾਲੇ ਤੱਕ ਉਸਦੀ ਰਿਪੋਰਟ ਨੈਗੇਟਿਵ ਆਈ ਹੈ ਜਾਂ ਪੋਜ਼ਿਟਿਵ ਆਈ ਹੈ, ਕਿਉਂਕਿ ਜਿਹੜੀ ਪ੍ਰਾਇਮਰੀ ਰਿਪੋਰਟਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਇੱਕ ਮਰੀਜ਼ ਦਾਖਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪ੍ਰਾਇਮਰੀ ਰਿਪੋਰਟ ਹੁੰਦੀ ਹੈ ਸਵੇਰੇ ਜਦੋਂ ਇੱਕ ਮਰੀਜ਼ ਨੂੰ ਲੈ ਕੇ ਆ ਜਾਂਦਾ ਹੈ, ਕੁਝ ਦਿਨ ਉਹਦਾ ਇਲਾਜ ਚੱਲਦਾ ਹੈ, ਪਰ ਉਸ ਤੋਂ ਬਾਅਦ ਪ੍ਰਾਇਮਰੀ ਰਿਪੋਰਟ ਹੁੰਦੀਆਂ ਨੇ, ਫਿਰ ਉਹ ਰਿਪੋਰਟ ਦੱਸੀ ਜਾਂਦੀ ਕਿ ਤੁਹਾਡੀ ਨੈਗੇਟਿਵ ਆਉਂਦੀ ਜਾਂ ਪੋਜ਼ਿਟਿਵ। ਇਸ ਮਰੀਜ਼ ਦਾ ਵੀ ਇੱਕ ਜਿਹੜਾ ਦੋਸ਼ ਲੱਗਾ ਹੈ, ਉਸਨੇ ਕਿਹਾ ਕਿ ਹਾਲੇ ਤੱਕ ਮੇਰੀ ਜਿਹੜੀ ਹੈ ਰਿਪੋਰਟ ਕੀ ਆਈ ਹੈ, ਇੰਨੇ ਦਿਨ ਤੋਂ ਮੈਂ ਦਾਖਲ ਹਾਂ ਪਰ ਹਾਲੇ ਤੱਕ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਗਿਆ ਕਿ ਮੇਰੀ ਰਿਪੋਰਟ ਪੋਜ਼ਿਟਿਵ ਆਈ ਹੈ ਜਾਂ ਨੈਗੇਟਿਵ ਆਈ ਹੈ। ਸੋ ਇਹ ਜਿਹੜੇ ਜਲੰਧਰ ਸ਼ਹਿਰ ਦੇ ਜਿਹੜੇ ਹਾਲਾਤ ਨੇ ਇਸ ਵੇਲੇ ਇਹ ਹੋ ਚੁੱਕੇ ਨੇ, ਜਿਹੜੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਦਾਖਲ ਨੇ ਉਹਨਾਂ ਨੇ ਆਪਣਾ ਇਹ ਦੁੱਖੜਾ ਰੋਇਆ ਏ ਮੀਡੀਆ ਦੇ ਅੱਗੇ। ਤੇ ਹੁਣ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਹੋਣਾ ਦੀ, ਤਾਂ ਉਹਨਾਂ ਨੇ ਇੱਕ ਨਵਾਂ ਹੁਕਮ ਜਿਹੜਾ ਜਾਰੀ ਕੀਤਾ ਕਿ ਅੱਜ ਜਿਹੜੇ ਨੇ ਜਿਹੜੇ ਬੈਂਕ ਨੇ ਉਹ ਖੁੱਲਿਆ ਕਰਨਗੇ, ਤੇ ਜਿਹੜੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਬੈਂਕ ਨੇ ਉਹ ਖੁੱਲਣਗੇ, ਤੇ ਇਹਨਾਂ ਵਿੱਚ ਪਬਲਿਕ ਡੀਲਿੰਗ ਦਾ ਜਿਹੜਾ ਸਮਾਂ ਹੋਏਗਾ ਉਹ 9 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਹੋਵੇਗਾ, ਤੇ ਇਹਦੇ ਵਿੱਚ ਜਿਹੜਾ ਆ ਬਾਕੀ ਜਿਹੜੇ ਏਟੀਐਮ ਨੇ ਉਹ 24 ਘੰਟੇ ਖੁੱਲੇ ਰਹਿਣਗੇ। ਜੇਕਰ ਕੋਈ ਵੀ ਗ੍ਰਾਹਕ ਏਟੀਐਮ ਤੇ ਜਾਣਾ ਚਾਹੁੰਦਾ ਹੈ ਉਸਦੇ ਕੋਲ ਏਟੀਐਮ ਜ਼ਰੂਰ ਹੋਣਾ ਚਾਹੀਦਾ, ਜੇਕਰ ਕੋਈ ਬੈਂਕ ਜਾਣਾ ਚਾਹੁੰਦਾ ਤਾਂ ਉਹਦੇ ਕੋਲ